ਪੁਲਿਸ ਦੀ ਹਿਰਾਸਤ ਦੇ ਵਿੱਚ ਇਹ ਮਾਸਟਰਮਾਈਂਡ ਔਰਤਾਂ ਨੇ ਜਿਨ੍ਹਾਂ ਨੇ ਹੁਣ ਤੱਕ ਕਈ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਬੀਤੇ ਦਿਨ ਇਹਨਾਂ ਨੇ ਇੱਕ ਕਰਿਆਨਾ ਵਪਾਰੀ ਦੇ ਘਰ ਤੋਂ ਪਿਸਤੌਲ ਦੀ ਨੋਕ ਤੇ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ ਤੇ ਇਸ ਮਾਮਲੇ 'ਚ ਹੀ ਅਜਨਾਲਾ ਪੁਲਿਸ ਨੇ ਇਹਨਾਂ ਤੇ ਸ਼ਿਕੰਜਾ ਕੱਸਦੇ ਹੋਏ ਇਹਨਾਂ ਨੂੰ ਕਾਬੂ ਕਰ ਲਿਆ। ਇਹਨਾਂ ਕੋਲੋਂ ਹੁਣ ਤੱਕ ਪੁਲਿਸ ਨੇ ਕਾਫੀ ਮਾਤਰਾ 'ਚ ਸੋਨਾ ਬਰਾਮਦ ਕੀਤਾ ਤੇ 12.5 ਲੱਖ ਤੋਂ ਵੀ ਉੱਤੇ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਅਜੇ 1 ਦੋਸ਼ੀ ਫਰਾਰ ਹੈ ਅਤੇ ਇਹਨਾਂ ਲੁਟੇਰੀਆਂ ਵੱਲੋਂ ਅਜਨਾਲਾ 'ਚ ਪੈਂਦੇ ਪ੍ਰੀਤ ਅਲੀ ਡੇਰੇ ਤੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਜਾਂਦੀ ਸੀ, ਜਿੱਥੇ ਇਹ ਮੱਥਾ ਟੇਕਣ ਆਉਂਦੀਆਂ ਸਨ ਤੇ ਇਹਨਾਂ ਦੇ ਨਾਲ ਹੋਰ ਮੈਂਬਰ ਵੀ ਜੁੜ ਗਏ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ। ਇਹਦੇ ਵਿੱਚ ਹੁਣ ਤੱਕ ਅਸੀਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੀ। ਪਰਚਾ ਸਾਡਾ 392-506-342-120-25-48 ਗ੍ਰਿਫਤਾਰ ਕੀਤਾ ਗਿਆ। ਅੱਜ ਅਸੀਂ ਮੋਨਿਕਾ ਸ਼ਰਮਾ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੇ ਨਾਲ ਅੱਜ ਇਕੱਲੀ ਮੋਨਿਕਾ ਸ਼ਰਮਾ ਹੀ ਗ੍ਰਿਫਤਾਰ ਹੋਈ, ਉਹਨੂੰ ਪੇਸ਼ ਕੀਤਾ ਜੀ ਤੇ ਰਿਮਾਂਡ ਦਿੱਤਾ ਉਹਦਾ ਜੱਜ ਸਾਹਿਬ 10 ਤਰੀਕ। ਸਰ, ਇਸ ਕੇਸ ਦੇ ਵਿੱਚ ਟੋਟਲ ਕਿੰਨੇ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਔਰ ਹੁਣ ਤੱਕ ਕਿਹੜੇ ਕਿਹੜੇ ਲੋਕ ਪੇਸ਼ ਹੋ ਚੁੱਕੇ ਨੇ? ਇਹ ਕੇਸ 'ਚ ਟੋਟਲ 7 ਦੋਸ਼ੀ ਜਿਹੜੇ ਆ ਉਹ ਨਾਮਜ਼ਦ ਹੋਏ ਆ ਜੀ, ਜਿਨ੍ਹਾਂ 'ਚ 6 ਅਸੀਂ ਗ੍ਰਿਫਤਾਰ ਕਰ ਲਿਆ, ਇੱਕ ਸਾਡਾ ਹਰਪ੍ਰੀਤ ਸਿੰਘ ਉਹ ਗ੍ਰਿਫਤਾਰ ਕਰਨ ਵਾਲੇ। ਸਰ, 4 ਤਾਂ ਉੱਧਰ ਹੋ ਗਏ ਸੀ, ਹੋਰ 2 ਕਿਹੜੇ ਕਿਹੜੇ ਹੋਏ ਨੇ ਜੀ? 2 ਅਮਰਜੀਤ ਕੌਰ ਉਰਫ ਅਲੀ ਪ੍ਰੀਤ ਅਤੇ ਮੋਨਿਕਾ ਸ਼ਰਮਾ, ਇਹਨਾਂ ਨੇ ਸਾਰੀ ਪਲਾਨਿੰਗ ਪ੍ਰੀਤ ਅਲੀ ਦੇ ਘਰ ਬਹਿ ਕੇ ਡੇਰੇ 'ਤੇ ਉੱਥੇ ਇਹਨਾਂ ਕੀਤੀ। ਸਰ, ਪ੍ਰੀਤ ਅਲੀ ਦਾ ਕੋਈ ਡੇਰਾ ਜੀ? ਕਿੱਥੇ ਡੇਰਾ, ਕੀ ਸਿਰਾ ਇਹ? ਪ੍ਰੀਤ ਅਲੀ ਦਾ ਡੇਰਾ ਬੱਲੜਵਾਲ ਪਿੰਡ ਪੈਂਦਾ ਜੀ, ਉੱਥੇ ਪ੍ਰੀਤ ਅਲੀ ਦੇ ਡੇਰੇ 'ਤੇ ਮੱਥਾ ਟੇਕਣ ਆਉਂਦੇ, ਉੱਥੇ ਇਹਨਾਂ ਦੇ ਲਿੰਕ ਜੁੜ ਗਏ। ਪ੍ਰੀਤ ਅਲੀ ਕੋਈ ਮੰਤ ਨੇ ਜੀ? ਇਹਨੇ ਆਪਣੀ ਜਗ੍ਹਾ ਕੋਈ ਬਣਾਈ ਜੀ ਉੱਥੇ, ਪੁੱਛਿਆ ਦੱਸ ਦੇ। ਕਿੰਨੀ ਰਿਕਵਰੀ ਹੋਈ ਹੈ ਜੀ ਹੁਣ ਤੱਕ ਪੈਸਿਆਂ ਦੀ ਟੋਟਲ, ਅਤੇ ਕਿੰਨਾ ਸੋਨਾ ਰਿਕਵਰ ਕੀਤਾ ਜਾ ਚੁੱਕਾ? ਸੋਨਾ ਤਾਂ ਕਾਫੀ ਰਿਕਵਰ ਹੋ ਗਿਆ ਜੀ, ਅਤੇ ਪੈਸੇ ਸਾਡੇ 11,70,000 ਇੱਕ ਦਿਨ ਕੀਤਾ ਸੀ, 1,20,000 ਰੁਪਈਆ ਬਾਅਦ ਫਿਰ ਉਹ ਰਿਕਵਰ ਹੋਏ। ਸਰ, ਸੋਨਾ ਜਿਹੜਾ ਹੁਣ ਕਿੱਥੋਂ ਰਿਕਵਰ ਹੋਇਆ, ਇਹ ਕਿੱਥੇ ਰੱਖਿਆ ਗਿਆ ਸੀਗਾ, ਕਿੱਥੇ ਜਾ ਕੇ ਵੰਡ ਰਹੇ ਸੀ ਆਪਸ 'ਚ? ਇਹ ਪ੍ਰੀਤ ਅਲੀ ਨੇ ਆਪਣੇ ਕੋਲ ਹੀ ਰੱਖਿਆ ਜੀ ਸੋਨਾ ਜੀ, ਉਹਨਾਂ ਕੋਲ। ਅਤੇ ਸਰ, ਇਹ ਜਿਹੜੇ ਬਾਕੀ ਆਰੋਪੀ ਨੇ ਇਹਨਾਂ ਨੂੰ ਕੁਛ ਮਿਲਿਆ ਵਿੱਚ? ਇਹਨਾਂ ਨੂੰ ਇਹਨਾਂ ਕੋਲ ਵੀ ਚਾਹਵਾਂ ਪਾਈਏ ਕੁਛ ਪਾਈਆ ਸੋਨਾ ਦਿੱਤਾ ਜੀ, ਉਹ ਇਹਨਾਂ ਵੇਚ ਕੇ ਅਤੇ ਉਹ 11 ਲੱਖ ਰੁਪਈਆ ਲਿਆ। ਸਰ, ਇੱਕ ਚੀਜ਼ ਪਤਾ ਲੱਗੀ ਸੀਗੀ ਕਿ ਇਹ ਜਿਹੜਾ ਕੋਈ ਸੁਨਿਆਰਾ ਵੀ ਹੈ ਇਸ ਦੇ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ, ਉਸਨੇ ਉਹ ਨਾਮਜ਼ਦ ਕੀਤਾ, ਕਿੱਥੋਂ ਦਾ ਹੈ ਉਹ? ਕੀ ਹੈ ਮਾਮਲਾ? ਬਟਾਲੇ ਦਾ ਸੁਨਿਆਰਾ ਜੀ, ਹਰਪ੍ਰੀਤ ਸਿੰਘ। ਉਸਨੇ ਕੀ ਕਿਸ ਸਬੰਧ ਦੇ ਵਿੱਚ ਉਹਨੂੰ ਕੀਤਾ ਗਿਆ? ਉਹਦੇ ਕੋਲ ਇਹਨਾਂ ਨੇ ਸੋਨਾ ਵੇਚਿਆ ਸੀ। ਅਤੇ ਕੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੁਣ ਜਿਹੜਾ? ਹੁਣ 10 ਤਰੀਕ ਨੂੰ ਪੇਸ਼ ਕਰਾਂਗੇ। ਤਾਂ ਲੱਗਦਾ ਕੋਈ ਵੱਡੇ ਹੋਰ ਖੁਲਾਸੇ ਹੋ ਸਕਦੇ ਇਸ ਸਬੰਧ 'ਚ? ਪੁੱਛਗਿੱਛ ਜਾਰੀ ਹੈ, ਜੋ ਸਾਨੂੰ ਇਨਫੋਰਮੇਸ਼ਨ ਮਿਲੇ ਦੱਸਾਂਗੇ।